ਤੁਸੀਂ ਹੁਣ ਇਹਦੇ ਬਾਰੇ ਦੱਸੋ ਕਿ ਜਿਹੜਾ ਫਾਰਮ ਲੈਣਾ ਉਹਦੇ ਲਈ ਕੀ ਕਿਸ ਤਰ੍ਹਾਂ ਪ੍ਰਿਪੇਅਰ ਹੋਵੇ ਬੰਦਾ। ਫਾਰਮ ਲਈ ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹੂੰਗਾ ਥੋੜ੍ਹਾ ਤੁਹਾਨੂੰ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਫਾਰਮਿੰਗ ਬਾਰੇ, ਕਿਉਂਕਿ ਆਪਣੇ ਸਾਰਿਆਂ ਦੇ ਵਿੱਚ ਬਲੱਡ ਦੇ ਵਿੱਚ ਇੰਡੀਆ ਤੋਂ ਹੈਗਾ ਕਿ ਫਾਰਮ, ਕਿਉਂਕਿ ਖੇਤੀ ਕਰਦੇ ਆਏ ਆਪਾਂ ਪਹਿਲਾਂ ਵੀ। ਸੋ ਮੇਰੀ ਕੋਸ਼ਿਸ਼ ਇਹੀ ਹੁੰਦੀ ਕਿ ਪ੍ਰਿਪੇਅਰ ਹੋ ਪਹਿਲਾਂ, ਉਹਦੇ ਬਾਰੇ ਥੋੜ੍ਹੀ ਨੌਲੇਜ ਲਓ ਵੀ ਫਾਰਮਿੰਗ ਕਿਸ ਤਰੀਕੇ ਨਾਲ ਹੁੰਦੀ ਹੈ, ਨੰਬਰ ਵਨ ਏ। ਉਸ ਤੋਂ ਬਾਅਦ 'ਚ ਅਗੇਨ ਜਿਸ ਸੇਮ ਲਾਈਕ ਕਰਾਂਗੂ ਆਪਦੇ ਟੈਕਸ ਰਿਟਰਨ ਤੁਹਾਡੇ ਹੋਣੇ ਚਾਹੀਦੇ ਆ, ਅਤੇ ਤੁਸੀਂ ਜਿਹੜਾ ਪ੍ਰੋਪਰਟੀ ਲੈ ਰਹੇ ਹੋ ਜਾਂ ਬਦਾਮਾਂ ਦੀ ਖੇਤੀ ਕਰਨਾ ਚਾਹੁੰਦੇ ਜਾਂ ਪਿਸਤਾਸ਼ੀਓ ਹੋ ਗਿਆ, ਜਿਹੜੇ ਉਹਦੇ ਪ੍ਰੋਡਕਸ਼ਨ ਰੈਕਟ ਉਹ ਦੇਖਣਾ ਜ਼ਰੂਰੀ ਆ, ਅੰਡਰਗਰਾਊਂਡ ਸੋਇਲ ਦੇਖਣਾ ਜ਼ਰੂਰੀ ਆ, ਪਾਣੀ ਦੇਖਣਾ ਜ਼ਰੂਰੀ ਆ। ਇਹ ਚੀਜ਼ਾਂ ਸਾਰੀਆਂ ਮੈਨੇ ਰੱਖਦੀਆਂ ਹੈ ਜੋ ਤੁਸੀਂ ਲੋਨ ਕਰਵਾਉਣਾ ਹੈ, ਬੈਂਕਾਂ ਦੇਖਦੀਆਂ ਨੇ ਇਹ ਚੀਜ਼ਾਂ। ਸੋ ਮੇਰੀ ਇੱਕ ਹੋਰ ਮੈਂ ਐਡ ਕਰੂੰ ਇਹਦੇ ਨਾਲ, ਜੇ ਬੈਂਕ ਤੁਹਾਡੀ ਪ੍ਰੋਪਰਟੀ ਦਾ ਲੋਨ ਕਰਨ ਵਾਸਤੇ ਖੁਸ਼ ਆ, ਤੁਹਾਨੂੰ ਉਹ ਪ੍ਰੋਪਰਟੀ ਲੈ ਲੈਣੀ ਚਾਹੀਦੀ ਹੈ। ਤੁਹਾਡੇ ਨਾਲੋਂ ਜ਼ਿਆਦਾ ਪੈਸੇ ਬੈਂਕ ਪਾ ਰਹੀ ਹੈ, ਜੇ ਅਸੀਂ 35-40 ਉਹਨਾਂ ਦਾ ਰਿਸਕ ਜ਼ਿਆਦਾ ਹੈ। ਸੋ ਜੇ ਉਹ ਰਿਸਕ ਲੈਣ ਨੂੰ ਤਿਆਰ ਹੈ, ਉਹਨਾਂ ਨੇ ਪਹਿਲਾਂ ਆਲਰੇਡੀ ਅਪਰੇਜ਼ਲ ਕਰਾਈ ਹੁੰਦੀ ਜੀ, ਕਿਉਂਕਿ ਅਪਰੇਜ਼ਲ ਜਦੋਂ ਕਰਾਉਂਦੇ ਇਕੱਲੀ ਲੈਂਡ ਨਹੀਂ ਦੇਖਦੇ, ਉਹਦੀ ਇਨਕਮ ਵਿੱਚ ਪਾਉਂਦੇ ਆ ਜੀ, ਉਹ ਦੇਖ ਕੇ ਉਹਨਾਂ ਨੂੰ ਹੋ ਜਾਂਦੀ ਹੈ ਜਜਮੈਂਟ ਕਿ ਇਹ ਬੰਦਾ ਕਿਸ਼ਤ ਕੱਟ ਸਕਦਾ, ਕਿਸ਼ਤ ਕੱਟ ਸਕਦਾ ਅਤੇ ਪ੍ਰੋਪਰਟੀ ਦੀ ਵੈਲਿਊ ਹੋਲਡ ਕਰਦੀ ਹੈ। ਇਹ ਚੀਜ਼ਾਂ ਨੇ ਕਮਰਸ਼ਲ ਦਾ ਵੀ ਸੇਮ ਹੋਇਆ, ਕਮਰਸ਼ਲ 'ਚ ਵੀ ਜੇ ਕੋਈ ਬੈਂਕ ਕਹਿੰਦੇ ਵੀ ਹਾਂ ਅਸੀਂ ਲੋਨ ਕਰਨ ਵਾਸਤੇ ਤਿਆਰ ਹਾਂ, ਸਾਨੂੰ ਪ੍ਰੋਪਰਟੀ ਠੀਕ ਲੱਗ ਰਹੀ ਹੈ, ਪ੍ਰੋਪਰਟੀ ਲੈ ਲੈਣਾ ਚਾਹੀਦਾ, ਉਹਦੀ ਵੈਲਿਊ ਅੱਜ ਵੀ ਠੀਕ ਆ, ਆਉਣ ਵਾਲੇ ਟਾਈਮ 'ਚ ਵੈਲਿਊ ਬਿਲਡ ਕਰੂਗੀ ਪ੍ਰੋਪਰਟੀ।